ਹੇਮਕੁੰਡ ਸਾਹਿਬ ਦੀ ਯਾਤਰਾ ਬਦਸਤੂਰ ਚੱਰੀ ਹੈ ਜਦ ਕਿ ਖਰਾਬ ਮੌਸਮ ਕਾਰਨ ਬੀਤੇ ਦਿਨ ਯਾਤਰਾ ਰੋਕਣ ਬਾਰੇ ਖਬਰ ਆਈ ਸੀ ਜ્યાં ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਯਾਤਰਾ ਰੋਕੀ ਨਹੀਂ ਗਈ ਸ਼ਰਧਾਲੂ ਸ਼੍ਰੀ ਹਿਮਕੁੰਡ ਸਾਹਿਬ ਦੇ ਖੁੱਲੇ ਦਰਸ਼ਨ ਕਰ ਰਹੇ ਨੇ ਟਰਸਟ ਨੇ ਸੋਸ਼ਲ ਮੀਡੀਆ ਤੇ ਯਾਤਰਾ ਰੁਕਣ ਦੀਆਂ ਖਬਰਾਂ ਨੂੰ ਬੇਬੁਨਿਆਦ ਘਰਾੜ ਦਿੱਤਾ ਜਿਆ ਤੁਹਾਨੂੰ ਦੱਸ ਦਈਏ ਕੱਲ ਖਬਰਾਂ ਆਈਆਂ ਸੀ ਕਿ ਯਾਤਰਾ ਦੇ ਵਿੱਚ ਕੁਝ ਵਿਗਨ ਪਿਆ ਹੈ ਹੈਵੀ ਸਨੋਫਾਲ ਕਾਰਨ ਪਰ ने साफ कर दता है कि किसी तरह का कोई विघन नहीं यात्रा जारी है श्रद्धालु लगातार दर्शन करने लिए पहुंच रहे गुरुद्वारा श्री हेमकुंड साहब की यात्रा जो कि बई मई तो लगातार चल रही है और हूं तक लगातार जो कि अज भी यात्रा जो कि निरंतर चल रही है ਕਿਸੇ ਵਿਅਕਤੀ ਵੱਲੋਂ ਕੋਈ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਇਹ ਯਾਤਰਾ ਜਿਹੜੀ ਬੰਦ ਕੀਤੀ ਗਈ ਹੈ ਇੱਥੇ 9-9 ਫੁੱਟ ਬਰਫ਼ ਪੈ ਗਈ ਹੈ ਪਰ ਇਦਾਂ ਦਾ ਕੁਝ ਵੀ ਨਹੀਂ ਹਨ ਸਾਡੇ ਨਾਲ ਇੱਥੇ ਮੈਂਜਰ ਸਾਹਿਬ ਸਰਦਾਰ ਗੁਰਨਾਮ ਸਿੰਘ ਜੀ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਆਉਣ ਵਾਲੀਆਂ ਸੰਗਤਾਂ ਲਈ ਕੀ ਹਦਾਇਤਾਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਚਰਣਾ ਚ ਬੇਨਤੀ ਹੈ ਆਪ ਜੀ ਨੇ ਕੱਲ ਵੀ ਪੀਟੀਸੀ న్యూਜ਼ ਦੇ ਰਾਹੀਂ ਆਪ ਜੀ ਨੂੰ ਮੈਂ ਬੇਨਤੀ ਕੀਤੀ ਸੀ ਇਹ ਕੋਈ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਹੈ ਇਹ ਨਿਰੰਤਰ جاری ਹੈ ਕੁਝ ਲੋਕ ਜਿਹੜੇ ਐ ਉਹ ਸੋਸ਼ਲ ਮੀਡੀਆ ਤੇ ਗਲਤ ਫ਼ੋਮ ਵੜਾ ਦਿੰਦੇ ਆ ਇੱਥੇ ਇੰਨੀ ਵਾਰ ਪੈ ਗਈ ਜੀ 19 ਵਾਰ ਪੈ ਗਈ ਹੈ ਕੱਲ ਵੀ ਇੱਥੇ ਯਾਤਰਾ ਸੁਚਾਰੂ ਰੂਪ ਤੇ ਚੱਲਦੀ ਰਹੀ ਹੈ ਆਪ ਜੀ ਨੇ ਲਾਈਵ ਵੀ ਦੇਖਿਆ ਹੋਵੇਗਾ ਪੀਟੀਸੀ ਸਿਮਰਨ ਦੇ ਰਾਹੀਂ ਅੱਜ ਵੀ ਇੱਥੇ ਯਾਤਰਾ ਚੱਲ ਰਹੀ ਹੈ ਯਾਤਰੀ ਪਹੁੰਚ ਚੁੱਕੇ ਹਨ ਉੱਤਰਾਖੰਡ ਸਰਕਾਰ ਤੇ ਪ੍ਰਬੰਧਕ ਕਮੇਟੀ ਇਸ ਗਲਤ ਤੇ ਬਹੁਤ ਤਤਪਰ ਰਹਿੰਦੀ ਹੈ ਕਿ ਕਿਸੇ ਵੀ ਯਾਤਰੀ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਇਸ ਲਈ ਪੁਲਿਸ ਪ੍ਰਸ਼ਾਸਨ ਜਾਂ ਪ੍ਰਬੰਧਕ ਯਾਤਰੀਆਂ ਨੂੰ ਕਿਤੇ 1 ਘੰਟਾ 2 ਘੰਟਾ ਜਾਂ 4 ਘੰਟੇ ਵਾਸਤੇ ਰੋਕਦੇ ਆ ਉਹਨਾਂ ਦੀ ਸਹੂਲਤ ਵਾਸਤੇ ਰੋਕਦੇ ਆ ਕਿ ਕੋਈ ਪਰੇਸ਼ਾਨੀ ਨਾ ਆਵੇ ਤੇ ਯਾਤਰਾ ਤਾਂ ਨਿਰੰਤਰ جاری ਹੈ ਬਰਫ ਦੀ ਜਿਹੜੀ ਗੱਲ ਹੈ 5 ਇੰਚ ਬਰਫ ਪਈ ਸੀ ਜੋ ਗੁਰੂ ਮਹਾਰਾਜ ਨੇ ਸਾਡੇ ਤਰਸ ਕਰਕੇ ਅੱਜ ਫੇਰ ਤੋਂ ਪਕਰਤੀ ਹੈ ਤੇ ਸੰਗਤਾਂ ਆ ਰਹੀਆਂ ਆਨੰਦ ਮਾਣ ਰਹੀਆਂ ਕੋਈ ਐਸੀ ਦਿੱਕਤ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਡਰਨ ਦੀ ਕੋਈ ਗੱਲ ਨਹੀਂ ਹੈ ਕਿਸੇ ਵੀ ਅਫਵਾਹਾਂ ਤੇ ਆਪਾਂ ਧਿਆਨ ਨਹੀਂ ਦੇਣਾ ਸੰਗਤ ਜੀ ਆਪ ਜੀ ਚਰਣਾ ਜੀ ਬੇਨਤੀ ਹੈ ਨਿਰੰਤਰ ਯਾਤਰਾ جاری ਹੈ ਆਓ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਅਤੇ ਖੁਸ਼ੀਆਂ ਪ੍ਰਾਪਤ ਕਰੋ ਬਿਲਕੁਲ ਨਿਰੰਤਰ ਯਾਤਰਾ ਜਿਹੜੀ ਚੱਲ ਰਹੀ ਹੈ ਕਿਤੇ ਨਾ ਕਿਤੇ ਘਰ ਬੈਠੇ ਸੰਗਤਾਂ ਦੇ ਮਨ ਦੇ ਵਿੱਚ ਸਵਾਲ ਆ ਜਾਂਦੇ ਹਨ ਕਿ ਸੋਸ਼ਲ ਮੀਡੀਆ ਤੇ ਦੇਖ ਕੇ ਕਿ ਉਸ ਤੇ ਇਸ ਤਰ੍ਹਾਂ ਦਾ ਹੋਇਆ ਪਰ ਇਦਾਂ ਦਾ ਕੁਝ ਵੀ ਨਹੀਂ ਹੈ ਜੋ ਕਿ ਯਾਤਰਾ ਲਗਾਤਾਰ ਚੱਲ ਰਹੀ ਹੈ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਕੈਮਰਾਮੈਨ ਭਪਿੰਦਰ ਸਿੰਘ ਦੇ ਨਾਲ ਪੀਟੀਸੀ ਨਿਊਜ਼ ਬਲਰਾਜ ਸਿੰਘ